ਕਾਬਲ ਤੋਂ ਸੰਗਤ ਆਈ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਆਪ ਅਕਾਲ ਪੁਰਖ ਦਾ ਰੂਪ ਸੱਚੇ ਪਾਤਸ਼ਾਹ ਆਪਣੇ ਪਰਨੇ ਨਾਲ ਸੰਗਤ ਦੇ ਜੋੜੇ ਸਾਫ ਕਰ ਰਹੇ ਆ ਬੈਠੇ ਹੋਏ ਸੰਗਤ ਵਿੱਚ ਕਾਬਲ ਦੀ ਸੰਗਤ ਨੇ ਪੁੱਛਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਥੇ ਹਨ ਸਿੱਖ ਚੁੱਪ ਕਰ ਗਏ ਸੰਗਤ ਜੋੜੇ ਲਾ ਕੇ ਅੰਦਰ ਚਲੀ ਗਈ ਮਹਾਰਾਜ ਸਾਰੇ ਜੋੜੇ ਸਾਫ ਕਰ ਰਹੇ ਆਪ ਸਾਰੀ ਸੰਗਤ ਦੇ ਜੋੜੇ ਸਾਫ ਕੀਤੇ ਸੰਗਤ ਨੇ ਭਾਈ ਗੁਰਦਾਸ ਜੀ ਨੂੰ ਪੁੱਛਿਆ ਭਾਈ ਗੁਰਦਾਸ ਜੀ ਮੁਸਕਰਾਏ ਕਹਿਣ ਲੱਗੇ ਜਿਹੜੇ ਸੱਚੇ ਪਾਤਸ਼ਾਹ ਤੁਹਾਡੇ ਜੋੜੇ ਚਰਨਾਂ 'ਚੋਂ ਲੁਹਾ ਕੇ ਸਾਫ ਕਰ ਰਹੇ ਸਨ ਉਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੀਡਰ ਤਾਂ ਅੱਜ ਡਰਦੇ ਚਾਰ ਦਿਨ ਜੋੜੇ ਝਾੜਦੇ ਆ ਦਿਖਾਵਾ ਕਰਦੇ ਆ ਪਰ ਮੈਂ ਕਹਿੰਦਾ ਦਿਖਾਵਾ ਵੀ ਕੀਤਾ ਫਿਰ ਵੀ ਕੁਝ ਨਾ ਕੁਝ ਪ੍ਰਾਪਤੀ ਤਾਂ ਕੀਤੀ ਨਾ ਗੁਰੂ ਕੀ ਸੰਗਤ ਦੇ ਜੋੜੇ ਤਾਂ ਝਾੜੇ ਨਿੰਦਿਆ ਵੀ ਨਹੀਂ ਕਰਨੀ ਚਾਹੀਦੀ ਸਾਨੂੰ ਪੰਥ ਵਿੱਚ ਨਿੰਦਿਆ ਬਹੁਤ ਭਾਰੂ ਹੋ ਗਈ ਹੈ ਚਲੋ ਕੋਈ ਦਿਖਾਵੇ ਦਾ ਹੀ ਕਰ ਲਿਆ ਕਰਤਾ ਲਿਆ ਨਾ ਮੇਰੀ ਇਹ ਬੇਨਤੀ ਹੈ ਪਰ ਭਾਈ ਦਿਖਾਵਾ ਨਹੀਂ ਕਰਨਾ ਅਸਲੀਅਤ ਰੂਪ ਵਿੱਚ ਜੇ ਸਦਾ ਹੀ ਪੰਥ ਦੇ ਗੁਰੂ ਦੀ ਸੰਗਤ ਦੇ ਜੋੜੇ ਝਾੜਦੇ ਰਹਿੰਦੇ ਤਾਂ ਇਹੋ ਜਿਹੇ ਦਿਨ ਕਿਉਂ ਵੇਖਣੇ ਪੈਂਦੇ ਮਹਾਰਾਜਾ ਰਣਜੀਤ ਸਿੰਘ ਜੀ ਕਿਉਂ ਉਹਨਾਂ ਦਾ 40-45 ਸਾਲ ਰਾਜ ਰਿਹਾ ਔਰ ਹਰ ਧਰਮ ਦੇ ਲੋਕ ਉਹਨਾਂ ਦਾ ਸਨਮਾਨ ਕਰਦੇ ਸਤਸੰਗ ਜੀ ਸੁਣਨ ਵਾਲਾ ਬਚਨ ਸੁਣਾ ਕੇ ਸਮਾਪਤੀ ਕਰਨੀ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ ਮੁਸਲਮਾਨਾਂ ਨੇ ਮਸੀਤਾਂ ਵਿੱਚ ਜਾ ਕੇ ਦੁਆ ਪ੍ਰਾਰਥਨਾ ਅਰਦਾਸਾਂ ਕੀਤੀਆਂ ਹੇ ਖੁਦਾ ਸਾਡੇ ਦੇਸ਼ ਦਾ ਰਾਜਾ ਤੰਦਰੁਸਤ ਹੋ ਜਾਏ ਹਿੰਦੂਆਂ ਨੇ ਮੰਦਰਾਂ 'ਚ ਜਾ ਕੇ ਮੰਤਰ ਜਪ ਕੀਤੇ ਪ੍ਰਾਰਥਨਾ ਕੀਤੀਆਂ ਹੇ ਭਗਵਾਨ ਹੇ ਈਸ਼ਵਰ ਹੇ ਵਾਹਿਗੁਰੂ ਸਾਡਾ ਰਾਜਾ ਦੇਹ ਅਰੋਗ ਹੋ ਜਾਏ ਸਿੱਖਾਂ ਨੇ ਬਾਣੀ ਪੜ੍ਹ ਕੇ ਅਰਦਾਸਾਂ ਕੀਤੀਆਂ ਕਿਉਂ ਕੀਤੀਆਂ ਸਨ ਮਹਾਰਾਜ ਰਣਜੀਤ ਸਿੰਘ ਸਿੱਖਾਂ ਦੇ ਦਿਲਾਂ 'ਤੇ ਰਾਜ ਕਰਦਾ ਸੀ ਵੱਡਾ ਕਾਰਨ ਕੀ ਸੀ ਜਦੋਂ ਹਰਿਮੰਦਰ ਸਾਹਿਬ ਆਉਣਾ ਦਰਸ਼ਨ ਕਰਕੇ ਆਪਣਾ ਦਾੜਾ ਹੱਥ ਵਿੱਚ ਲੈ ਕੇ ਗ੍ਰੰਥੀ ਸਿੰਘਾਂ ਦੇ ਚਰਨ ਝਾੜਿਆ ਕਰਦਾ ਸੀ ਕਰਦੂ ਕੋਈ ਇਹ ਸੇਵਾ ਕਿਸੇ ਨੇ ਅੱਜ ਤੱਕ ਦਾੜੇ ਨਾਲ ਗੁਰਸਿੱਖਾਂ ਦੇ ਗ੍ਰੰਥੀ ਸਿੰਘਾਂ ਦੇ ਚਰਨ ਝਾੜੇ ਹੈ ਜੇ ਝਾੜਨ ਸਾਡੇ ਪੰਥ ਦੇ ਲੀਡਰ ਤਾਂ ਸਾਧ ਸਿੰਘ ਜੀ ਦਿਨ ਅੱਜ ਵੇਖਣੇ ਨਾ ਪੈਂਦੇ ਸੰਗਤ ਦੇ ਜੋੜੇ ਝਾੜਦੇ ਹੁੰਦੇ ਨਿਮਰਤਾ ਹੁੰਦੀ ਮਨ ਵਿੱਚ ਸੇਵਾ ਕਰਦੇ ਹੁੰਦੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਸ ਕਰਕੇ ਸੇਵਾ ਉਹ ਨਹੀਂ ਦਿਖਾਵੇ ਦੀ ਸੇਵਾ ਹਿਰਦੇ 'ਚੋਂ ਕਰਨ ਦੀ ਲੋੜ ਹੈ ਤਾਂ ਮਹਾਰਾਜ ਕਹਿੰਦੇ ਹੈ ਤਿੰਨ ਕੀ ਧੂਰ ਨਾਨਕ ਦਾਸ ਬੰਛ ਹੈ ਉਹਨਾਂ ਦੇ ਚਰਨਾਂ ਦੀ ਮਹਾਰਾਜ ਧੂੜੀ ਮੰਗਦੇ ਹੈ ਗੁਰੂ ਅਰਜਨ ਦੇਵ ਜੀ ਨਾਲੋਂ ਵੱਡਾ ਤਾਂ ਕੋਈ ਨਹੀਂ ਨਾ ਜੋ ਕਰਤੱਵ ਗੁਰੂ ਨੇ ਕੀਤਾ ਸਿੱਖ ਦਾ ਫਰਜ਼ ਉਹ ਕਰੇ ਉਹ ਤੇ ਕਿੰਤੂ ਨਾ ਕਰੇ ਗੁਰੂ ਅਰਜਨ ਦੇਵ ਜੀ ਨਾਲੋਂ ਆਪਾਂ ਵੱਡੇ ਹਾਂ